ਆਵੇ ਦੋਸਤ, ਮੈਂ ਤੁਹਾਡਾ ਆਪਣਾ ਸਤਨਾਮ ਸਿੰਘ, ਸਤਿ ਸ਼੍ਰੀ ਅਕਾਲ। ਜਿਵੇਂ ਕਿ ਜਿੰਨੇ ਵੀ ਮੇਰੇ ਭੈਣ ਭਰਾ ਪੁੱਛਦੇ ਰਹਿੰਦੇ ਹੋ ਕਿ ਭਾਅ ਜੀ ਕਾਰਡ ਜਦੋਂ ਸਿਲਾਈ ਮਸ਼ੀਨ ਲੈ ਕੇ ਜਾਂਦੇ ਹੋ ਕਾਰਡ ਖਰਾਬ ਹੋ ਜਾਂਦਾ, ਉਹਦਾ ਕੀ ਹੱਲ ਹੈ? ਅਤੇ ਅੱਜ ਮੇਰਾ ਮਿੱਤਰ ਜਿਹੜਾ ਘੱਟੋ ਘੱਟੋ 15-20 ਸਾਲ ਪੁਰਾਣਾ ਜਿਹੜਾ ਮਿੱਤਰ, ਉਹ ਰਿਪੇਅਰ ਕਰਦੇ ਆ ਸਾਰੀਆਂ A to Z ਮਸ਼ੀਨਾਂ ਜਿਹੜੀਆਂ, ਸਿਲਾਈ, ਓਵਰਲਾਕ, ਫੋਲਡਿੰਗ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਸ ਟਾਈਮ ਕਾਰਡ ਹੀ ਕਾਰਡ, ਕਾਰਡ ਹੀ ਕਾਰਡ ਦੇਖ ਲਓ, ਜਿੱਧਰ ਦੇਖੋਗੇ ਉੱਧਰ ਹੀ ਕਾਰਡ 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 ਕਾਰਡ। ਤੋ ਉਸ ਮਹਾਨ ਹਸਤੀ ਨੂੰ ਮੈਂ ਤੁਹਾਨੂੰ 2 ਮਿੰਟ ਬਾਅਦ ਮਿਲਾਵਾਂਗਾ। ਦੇਖੋ ਜੀ, ਜਿੰਨੀਆਂ ਸਾਰਾ ਤੁਸੀਂ ਦੇਖ ਰਹੇ ਹੋ ਕਾਰਡ ਹੀ ਕਾਰਡ ਨਜ਼ਰ ਆ ਰਿਹਾ, ਅਤੇ ਬਹੁਤ ਹੀ ਪਿਆਰਾ ਦੋਸਤ ਮੇਰਾ ਔਰ ਵਧੀਆ ਆਇਆ ਜਿਹੜਾ ਘੱਟੋ ਘੱਟੋ 10-15 ਸਾਲ ਪੁਰਾਣਾ ਮੇਰਾ ਦੋਸਤ ਹੈ। ਜਦਕਿ ਮੇਰੀਆਂ ਮਸ਼ੀਨਾਂ ਵੀ ਔਰ ਸ਼ਹਿਰ 'ਚ ਹਰ ਬੰਦੇ ਦੇ ਮਸ਼ੀਨਾਂ ਜਿਹੜੀਆਂ ਖਰਾਬ, ਜਦੋਂ ਦੇਖੋ ਨਵੀਂ ਲੈ ਲਓ ਪੁਰਾਣੀ ਲੈ ਲਓ, ਜਦੋਂ ਚਲੂਗੀ ਤਾਂ ਖਰਾਬ ਤਾਂ ਹੋਣਾ ਹੀ ਹੈ। ਅਤੇ ਉਹ ਮਹਾਨ ਜਿਹੜਾ ਹਸਤੀ, ਜਿਹੜਾ ਮੇਰਾ ਦੋਸਤ 15 ਸਾਲ ਪੁਰਾਣਾ ਜਿਹੜਾ ਕਾਰਡ ਰਿਪੇਅਰ ਕਰਦੇ ਆ, ਅੱਜ ਉਸ ਬੰਦੇ ਨਾਲ ਮਿਲਾਉਣ ਲੱਗਾ। ਅਤੇ ਹਾਂਜੀ ਭਾਈ ਸਾਹਿਬ, ਸਤਿ ਸ਼੍ਰੀ ਅਕਾਲ ਭਾਅ ਜੀ, ਕਿਵੇਂ ਹੋ? ਭਾਅ ਜੀ ਅੱਜ ਲਾਈਵ ਚੱਲ ਰਿਹਾ ਯੂਟਿਊਬ 'ਚ, ਅਤੇ ਚਲੋ ਤੁਸੀਂ ਮੇਰਾ ਦੋਸਤ ਹੈਗੇ, 15-20 ਸਾਲ ਹੋ ਗਏ ਆ। ਅਤੇ ਅੱਜ ਇਸ ਕਾਰਡ ਬਾਰੇ ਜਿੰਨੇ ਵੀ ਇੰਡੀਆ ਵਾਸੀ ਔਰ ਭਾਰਤ ਦੇਸ਼ ਵਾਸੀ, ਜਿੰਨੇ ਵੀ ਬੰਦਾ ਮਤਲਬ ਇਸ ਟਾਈਮ ਤੁਹਾਨੂੰ ਲਾਈਵ ਦੇਖ ਰਿਹਾ ਹੈਗਾ, ਅਤੇ ਕੀ ਕਹਿਣਾ ਚਾਹੁੰਦੇ ਅੱਜ? ਹਾਂ ਹਾਂ, ਕੋਈ ਵੀ ਮੇਰਾ ਦੋਸਤ ਮਿੱਤਰ ਜੇ ਆਉਣਾ ਚਾਹੁੰਦੇ ਹੈ ਤੇ ਮੇਰੀ ਗੱਲ ਸੁਣੋ, ਮਤਲਬ ਤੁਹਾਨੂੰ ਤੁਹਾਡੇ ਕੋਲ ਤਾਂ ਵੈਸੇ ਮੈਂ ਭੇਜ ਹੀ ਦਿੰਦਾ, ਫਿਰ ਵੀ ਦੇਖੋ ਇਹ ਫਾਲਟ ਜਿਹੜੀ ਆ ਰਹੀ ਹੈ ਕੋਈ ਬਿਜਲੀ ਕਾਰਨ, ਕਿਵੇਂ ਕੀ ਫਾਲਟ ਕਿਉਂ ਆਉਂਦੇ ਥੋੜ੍ਹਾ, ਮੇਰਾ ਮੇਰਾ ਦੋਸਤ ਜਿਹੜੀ ਗਾਇਜ ਮੇਰੇ ਦੇਖ ਰਿਹਾ, ਉਹਨੂੰ ਸਮਝਾਓ ਮਾੜਾ ਜਿਹਾ ਕਿਉਂ ਆਉਂਦੇ ਫਾਲਟ, ਇਹ ਬਿਜਲੀ ਕਾਰਨ ਹੁੰਦੇ ਸਰ? ਬਿਜਲੀ ਕਾਰਨ ਵੀ ਹੁੰਦੇ ਨੇ, ਕਈ ਵਾਰੀ ਜਨਰੇਟਰ ਦੇ ਕਾਰਨ ਵੀ ਹੁੰਦੇ ਨੇ, ਕਿਉਂਕਿ ਆਪਾਂ ਨੋਰਮਲ ਵੋਲਟੇਜ ਤਾਂ ਜਿਹੜੀ ਆਉਂਦੀ ਹੈ ਜਦੋਂ ਜਨਰੇਟਰ ਚਲਾਉਂਦੇ ਉਹਦੀ ਵੋਲਟੇਜ ਕੋਈ ਦੇਖਦਾ ਹੀ ਨਹੀਂ ਕਿੰਨੀ ਆ ਰਹੀ ਹੈ ਕਿੰਨੀ ਨਹੀਂ ਆ ਰਹੀ, ਕਈ ਵਾਰੀ 250 ਤੋਂ ਵੀ ਉੱਤੇ ਵੋਲਟੇਜ ਟੱਪ ਜਾਂਦੀ ਹੈ, ਉਹਦੇ ਕਾਰਨ ਜ਼ਿਆਦਾ ਫਾਲਟ ਆਉਂਦੇ ਨੇ, ਜਾਂ ਫਿਰ ਕਿਤੇ ਟ੍ਰਾਂਸਫਾਰਮ ਵਗੈਰਾ ਨੇੜੇ ਆ ਤਾਂ ਵੀ ਆ ਜਾਂਦੇ ਨੇ। ਬਿਲਕੁਲ ਜੀ ਬਿਲਕੁਲ, ਉਹ ਚੀਜ਼ਾਂ ਨੇ ਹੈਗੀਆਂ ਕਿ ਜਿਹਦੀ ਵਜ੍ਹਾ ਨਾਲ ਆ ਜਾਂਦੇ, ਕਈ ਵਾਰੀ ਸੋਚ ਛੱਡ ਗਏ, ਭੁੱਲ ਗਏ, ਲਾਈਟ ਅੱਤੇ ਆਈ ਗਈ। ਇਲੈਕਟ੍ਰੋਨਿਕ ਮਸ਼ੀਨਾਂ ਦਾ ਕੀ ਹੁੰਦਾ ਕਿ ਨਾਲ ਦੀ ਨਾਲ ਸੁੱਚ ਬੰਦ ਕਰਨਾ ਪੈਂਦਾ, ਅਗਰ ਅੱਗੇ ਚਲਦੀ ਛੱਡ ਦੋਗੇ ਲਾਈਟ ਘੱਟ ਵੱਧਤੇ ਫਿਰ ਤਾਂ ਫੁਕਣਾ ਹੀ ਨੇ। ਬਿਲਕੁਲ ਸਰ ਬਿਲਕੁਲ ਜੀ ਬਿਲਕੁਲ, ਅਦਰਵਾਈਜ਼ ਇੰਨੀਆਂ ਪੁਰਾਣੀਆਂ ਚੱਲ ਹੀ ਰਹੀਆਂ ਨੇ, ਕੋਈ ਦਿੱਕਤ ਤਾਂ ਹੈ ਨਹੀਂ ਗੀ। ਬਿਲਕੁਲ ਸਰ ਬਿਲਕੁਲ ਜੀ ਬਿਲਕੁਲ। ਲੋ ਵੀ ਜਿਵੇਂ ਕਿ ਦੋਸਤ ਇਸ ਟਾਈਮ ਜਿਹੜੇ ਭਾਈ ਸਾਹਿਬ ਇਹ ਸਾਨੂੰ ਮਤਲਬ ਗੱਲ ਦੱਸਦੇ ਆ, ਬਿਲਕੁਲ ਸਹੀ ਕਹਿ ਰਿਹਾ ਭਾਅ ਜੀ ਕਿ ਲਾ ਵੀ ਜਿੰਨੇ ਵੀ ਭੈਣ ਭਰਾ ਤੁਸੀਂ ਇਲੈਕਟ੍ਰੋਨਿਕ ਮਸ਼ੀਨਾਂ ਜਿਹੜੀਆਂ ਚਲਾ ਰਹੇ ਹੋ, ਚਾਹੇ ਨਵੀਂ ਹੋਵੇ ਚਾਹੇ ਪੁਰਾਣੀ ਹੋਵੇ, ਇਹਨੂੰ ਸੰਭਾਲ ਰੱਖਣਾ ਬਹੁਤ ਜ਼ਰੂਰੀ ਹੈ। ਕਿਉਂਕਿ ਜਦੋਂ ਵੀ ਤੁਸੀਂ ਮਸ਼ੀਨ ਤੋਂ ਉੱਠਦੇ ਹੋ ਤਾਂ ਸਵਿੱਚ ਬੰਦ ਕਰਕੇ ਉੱਠਿਆ ਕਰੋ, ਥੋੜ੍ਹਾ ਇਹਨੂੰ ਧਿਆਨ ਰੱਖੋ। ਅਤੇ ਬਾਕੀ ਤੁਹਾਨੂੰ ਪਤਾ ਜੇ ਕੋਈ ਇਹੋ ਜਿਹੀ ਪ੍ਰੋਬਲਮ ਆ ਵੀ ਜਾਂਦੀ ਹੈ ਤਾਂ ਜ਼ਰੂਰ ਮੇਰੇ ਕੋਲ ਫੋਨ ਮਾਰਿਆ ਕਰੋ, ਅੱਗੇ ਹੀ ਫੋਨ ਕਰਦੇ ਹੀ ਹੋ, ਜਿਹੜਾ ਮੇਰਾ ਨੰਬਰ 98885-44-17। ਅਤੇ ਇਹ ਭਾਈ ਸਾਹਿਬ ਬਹੁਤ ਹੀ ਘੱਟ ਮਾਰਜਿੰਗ ਵਿੱਚ ਅਤੇ ਰਿਪੇਅਰ ਕਰਕੇ ਦੇ ਦਿੰਦੇ ਆ, ਔਰ ਬਹੁਤ ਹੀ ਵਧੀਆ ਮੇਰਾ ਦੋਸਤ ਹੈਗਾ ਜੀ ਦੇਖੋ। ਅਤੇ ਅੱਗੇ ਤੁਹਾਨੂੰ ਕੋਈ ਹੋਰ ਵੀ ਵੀਡੀਓ ਫਿਰ ਪਾਵਾਂਗਾ, ਅਤੇ ਅੱਜ ਬਸ ਇੰਨਾ ਹੀ। ਮੈਂ ਤੁਹਾਡਾ ਆਪਣਾ ਸਤਨਾਮ ਸਿੰਘ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।